vegetarian, you have to be on less supplements with a natural diet, solid meals like chickpea, chicken, eggs, you get the natural protein sources. ਮੈਨੂੰ ਇੱਥੇ ਪਤਾ ਨਹੀਂ ਬਾਕੀ ਦੇ ਕੰਪੀਟੀਟਰਸ ਕਿੱਦਾਂ, ਪਰ ਜਿਹੜੇ ਇੰਡੀਅਨ ਮੁੰਡੇ ਆ ਜਾਂ ਹੁਣ ਤੂੰ ਦੇਖੀਂਗਾ ਜਿਹੜੇ ਓਲੰਪਿਕਸ ਦੇ ਵਿੱਚ ਜਾਂ ਓਲੰਪੀਆ ਦੇ ਵਿੱਚ ਜਾਂ ਜਿਹੜੇ ਐਮਚਿਓਰ ਓਲੰਪੀਆ 'ਚ ਕੰਪੀਟ ਕਰ ਰਹੇ ਆ ਉਹ ਬਹੁਤ ਜ਼ਿਆਦਾ ਰਿਪਡ ਐਂਡ ਡਿਫਾਈਨ ਹੈਗੇ ਆ। 3% 4% ਜਾਏਗਾ, ਬਟ ਤੇਰੇ ਜਿਹੜਾ ਮਸਲ ਡੈਫੀਨੇਸ਼ਨ ਹੈ ਉਹ ਥੋੜ੍ਹੀ ਘੱਟ ਹੈ। ਮੈਨੂੰ ਲੱਗਦਾ ਵੀ ਹਾਲੇ ਸਾਲ ਡੇਢ ਸਾਲ ਹੋਰ ਲੱਗੇਗਾ ਕਿ ਜ਼ਿਆਦਾ ਬਾਡੀ ਨੂੰ ਮਸਲਸ ਨੂੰ ਮੈਚਿਓਰ ਕਰਨ ਵਾਸਤੇ। ਸੋ ਟ੍ਰੇਨ ਕਰ 2 ਸੈਸ਼ਨਸ ਦੇ ਵਿੱਚ, ਕਾਰਡੀਓ ਵੀ ਨਹੀਂ ਕਰਨਾ। ਕਾਰਡੀਓ ਭਾਜੀ ਜੋ ਲਾਸਟ 4 ਵੀਕਸ ਆ, 4 ਦਿਨ 5 ਦਿਨ 4 ਦਿਨ ਜਾਂ 5 ਦਿਨ। ਓਕੇ, ਬੇਸ ਸਾਈਜ਼ ਇਜ਼ ਗੁੱਡ, ਬੇਸ ਸਾਈਜ਼ ਦੇ ਛੋਟੀ ਹੈ, ਤੇਰਾ ਰਿਪ ਕੇਜ ਉੱਪਰ ਬਹੁਤ ਵੱਡਾ ਹੈ, ਸ਼ੋਲਡਰਸ ਬ੍ਰੌਡ ਹੈ, ਬਟ ਟ੍ਰੇਨਿੰਗ ਤੇ ਧਿਆਨ ਦੇਣਾ। So hello friends, I'm Virinder Singh, I have pro from India and he's Raghu from Hoshiarpur. Amit Paji naal khade hai aur eh sade seminar di pehli ticket. So assi Raghu nu den ja rahe hain jo men physique vich compete karda hai aur last week ki third position aayi hai. Now he's getting to qualify for next after 4 weeks ka event ho raha hai, Natural Mr. Universe is compete kar raha hai. Meriyan best wishes ne aap tenu, and ticket sade valon best of luck. Thank you very much, compete kar rahe ho, changi position na. ਕੋਈ ਆਰਟੀਫਿਸ਼ਲ ਸਵੀਟਨਰ ਹੈ ਨਹੀਂ। ਓਕੇ, ਇਹ ਹੈਲਥ ਲਈ ਬਹੁਤ ਵਧੀਆ, ਇਹ ਲੋਕਲੀ ਬਣਦਾ ਬੋਕਸ ਬੇ ਦੇ ਵਿੱਚ ਨੇਪੀਅਰ ਹੇਸਟਿੰਗਸ। ਓਕੇ, ਇਹ ਜੋ ਪ੍ਰੋਟੀਨ ਬਣਾਉਂਦੀ ਹੈ ਫੈਮਿਲੀ, ਉਹਨਾਂ ਦਾ ਫੈਮਿਲੀ ਦਾ ਹੈਡ 75-year-old ਬੰਦਾ, ਜਿਹਦੇ ਫਾਰਮੂਲੇ ਮੇਰੇ ਓਪੀਨੀਅਨ ਸਾਰਿਆਂ ਨਾਲੋਂ ਬੈਸਟ ਬਣਾਏ ਜਿੰਨੇ ਵੀ ਅਸੀਂ ਟਰਾਈ ਕੀਤੇ ਜਾਂ ਰੱਖਣ। ਹਾਂਜੀ, ਤਾਂ ਸਾਰਿਆਂ ਨਾਲ ਹੈਲਥੀ ਪ੍ਰੋਟੀਨ। Toronto Pro Show, yeah, Regional Agency, Barcelona, Explosive Puppet Car, so many times. Fuck, man, you're massive, yeah. Bro.